ਪਹਿਲੀ ਵਾਰ ਹੋਇਆ ਕਿ ਅੱਜ ਤੱਕ ਪੁਰਾਣੀਆਂ ਗੌਰਮੈਂਟਸ ਜਿਹੜੀਆਂ ਚੀਜ਼ਾਂ ਨੂੰ ਵੇਚਦੀਆਂ ਆਈਆਂ ਨੇ ਆਪਣੇ ਕਰਜ਼ੇ ਲਾਉਣ ਲਈ ਜਾਂ ਜਿੱਦਾਂ ਵੀ, ਪਰ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਜਿਹੜਾ ਉਹਨੂੰ ਸਰਕਾਰੀ ਬਣਾਇਆ ਅਤੇ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ। ਆਨੇ ਉਸਦਾ ਨਾਮ ਜਿਹੜਾ ਚੇਂਜ ਹੋ ਗਿਆ, ਉਸਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਿਆ। ਇਲਾਕੇ ਨੂੰ ਤਾਂ ਜਿੱਥੇ ਇਹਦਾ ਫਾਇਦਾ ਮਿਲਣਾ ਹੀ ਮਿਲਣਾ, ਸਾਡੇ ਇੱਥੇ ਲੋਕਾਂ ਨੂੰ ਜਿਹੜਾ ਵਾ ਉਹ ਰੁਜ਼ਗਾਰ ਮਿਲੂਗਾ। 5 ਵਾਰ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਨੇ ਅਤੇ ਹੁਣ ਜੇ ਉਦੋਂ ਨਹੀਂ ਪੰਜਾਬ ਬਚਾਇਆ ਗਿਆ ਉਦੋਂ ਬਰਬਾਦ ਕਰਕੇ ਗਏ ਨੇ, ਅਤੇ ਹੁਣ ਕਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ ਸਭ ਲੋਕਾਂ ਨੂੰ ਪਤਾ ਹੈ। ਤਰਨ ਤਾਰਨ ਦੇ ਸ਼ਹਿਰੋ ਮਿਲ ਵਿੱਚ ਜਿਹੜਾ ਵੇਖਣ ਨੂੰ ਮਿਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਆ ਪਹੁੰਚ ਰਹੇ ਨੇ ਔਰ ਰੈਲੀ ਨੂੰ ਸੰਬੋਧਨ ਕਰਨਗੇ। ਸਾਡੇ ਨਾਲ ਮੌਜੂਦ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ MLA ਮਨਜਿੰਦਰ ਸਿੰਘ ਜੀ ਲਾਲਪੁਰਾ। ਲਾਲਪੁਰਾ ਜੀ, ਤੁਹਾਡਾ ਵਰਲਡ ਪੰਜਾਬੀ ਦਾ ਸਵਾਗਤ ਹੈ ਜੀ। ਧੰਨਵਾਦ ਜੀ। ਸਰ, ਕਿਸ ਤਰ੍ਹਾਂ ਰੈਲੀ ਚੱਲ ਰਹੀ ਹੈ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਕਿੰਨਾ ਕੁ ਉਤਸ਼ਾਹ ਜਿਹੜਾ ਵਾ ਉਹ ਪਾਇਆ ਜਾ ਰਿਹਾ? ਤਿਆਰੀਆਂ ਤਾਂ ਬਹੁਤ ਵਧੀਆ ਚੱਲ ਰਹੀਆਂ ਨੇ ਤੇ ਦੂਸਰਾ ਜਿਹੜਾ ਉਤਸ਼ਾਹ ਹੈ ਤੁਸੀਂ ਇਸ ਪੰਡਾਲ ਤੋਂ ਵੇਖ ਸਕਦੇ ਹੋ। ਮੈਨੂੰ ਲੱਗਦਾ ਕਿ ਤਰਨ ਤਾਰਨ ਜ਼ਿਲ੍ਹੇ ਦੀ ਅੱਜ ਤੱਕ ਦੀ ਜਦੋਂ ਤੋਂ ਅਸੀਂ ਵੱਡੇ ਹੋਏ ਹਾਂ ਐਡੀ ਵੱਡੀ ਰੈਲੀ ਇੰਨੀ ਵੱਡੀ ਜਗ੍ਹਾ ਦੇ ਵਿੱਚ ਮਤਲਬ ਕਦੇ ਨਹੀਂ ਵੇਖੀ। ਸੋ ਰੈਲੀਆਂ ਤਾਂ ਬਹੁਤ ਦੇਖੀਆਂ ਨੇ ਪਰ ਇੰਨੀ ਵੱਡੀ ਰੈਲੀ ਜਿੱਥੇ ਲੋਕਾਂ ਦਾ ਉਤਸ਼ਾਹ ਹੈ ਕਿ ਪਹਿਲੀ ਵਾਰ ਹੋਇਆ ਕਿ ਅੱਜ ਤੱਕ ਪੁਰਾਣੀਆਂ ਗੌਰਮੈਂਟਸ ਜਿਹੜੀਆਂ ਚੀਜ਼ਾਂ ਨੂੰ ਵੇਚਦੀਆਂ ਆਈਆਂ ਨੇ ਆਪਣੇ ਕਰਜ਼ੇ ਲਾਉਣ ਲਈ ਜਾਂ ਜਿੱਦਾਂ ਵੀ, ਪਰ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਜਿਹੜਾ ਉਹਨੂੰ ਸਰਕਾਰੀ ਬਣਾਇਆ ਅਤੇ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ, ਕਿਉਂਕਿ ਲੋਕਾਂ ਦਾ ਪੈਸਾ ਹੁੰਦਾ। ਸੋ ਪਹਿਲੀ ਵਾਰ ਲੋਕਾਂ ਦੇ ਜਿਹੜਾ ਟੈਕਸ ਦੀ ਪੈਸਾ ਜਾਂਦਾ ਸੀ ਉਹਦੇ ਨਾਲ ਥਰਮਲ ਪਲਾਂਟ ਖਰੀਦਿਆ। ਇਹ ਸਰ ਜਿਹੜਾ ਥਰਮਲ ਪਲਾਂਟ ਖਰੀਦਿਆ ਗਿਆ GVK ਗੋਇੰਦਵਾਲ, ਤੇ ਸਰ ਕੀ ਉਹ ਥਰਮਲ ਪਲਾਂਟ GVK ਰਹੇਗਾ ਕਿ ਜਾਂ ਉਹਦਾ ਕੋਈ ਨਾਮ ਚੇਂਜ ਹੋ ਜਾਵੇਗਾ? ਹਾਂ ਨਹੀਂ, ਉਸਦਾ ਨਾਮ ਜਿਹੜਾ ਚੇਂਜ ਹੋ ਗਿਆ, ਉਸਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਿਆ। ਤੇ ਸਰ ਉਹਦਾ ਕਿੰਨਾ ਕੁ ਲੋਕਾਂ ਨੂੰ ਜਿਹੜਾ ਵਾ ਕਿ ਜਿਹੜੀ ਚੀਜ਼ ਖਰੀਦੀ ਗਈ ਆ ਕਿੰਨਾ ਕੁ ਉਹਨਾਂ ਨੂੰ ਲੋਕਾਂ ਨੂੰ ਇਹਦਾ ਬੈਨੀਫਿਟ ਜਿਹੜਾ ਮਿਲੇਗਾ? ਦੇਖੋ, ਇਹਦੇ ਵਿੱਚ ਇਹ ਚੀਜ਼ ਤਾਂ ਕਲੀਅਰ ਹੈ ਕਿ ਸਾਡੇ ਕੋਲ ਜਿਵੇਂ ਆਪਣਾ ਖੋਣ ਹੈ ਕੋਲ ਹੈ ਸਰਕਾਰੀ ਕੋਲ ਹੈ ਤਾਂ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਕਿ ਪ੍ਰਾਈਵੇਟ ਫਰਮ ਨੇ ਇਹਨੂੰ ਖਰੀਦਣਾ ਫਿਰ ਕਰਨਾ, ਸਾਡੇ ਕੋਲ ਆਪਣਾ ਕੋਲ ਹੈ ਉਹਦੇ ਨਾਲ ਲਾਗਤ ਜਿਹੜੀ ਆ ਉਹ ਘੱਟ ਆਊਗੀ ਅਤੇ ਉਹਦੇ ਨਾਲ ਬੀਜੀ ਜਿਹੜੀ ਉਹ ਵੀ ਸਸਤੀ ਪਊਗੀ ਅਤੇ ਇਲਾਕੇ ਨੂੰ ਤਾਂ ਜਿੱਥੇ ਇਹਦਾ ਫਾਇਦਾ ਮਿਲਣਾ ਹੀ ਮਿਲਣਾ, ਸਾਡੇ ਇੱਥੇ ਲੋਕਾਂ ਨੂੰ ਜਿਹੜਾ ਵਾ ਉਹ ਰੁਜ਼ਗਾਰ ਮਿਲੂਗਾ ਤੇ ਸਾਡੇ ਮੁੰਡੇ ਜਿਹੜੇ ਆ ਜਿੱਦਾਂ ਕੁਝ ਪਹਿਲਾਂ ਨੇ ਜਿੱਥੇ ਖਾਲੀ ਹੋਰ ਵੈਕੈਂਸੀਜ਼ ਹੋਣਗੀਆਂ ਉੱਥੇ ਉਹ ਭਰੀਆਂ ਜਾਣਗੀਆਂ। ਇਹ ਸਰ ਵੇਖਣ ਨੂੰ ਮਿਲਦਾ ਕਿ ਜਿਹੜੀ ਇਹ ਰੈਲੀ ਆ ਇੱਥੇ ਸਿਰੋ ਮਿਲ ਚ ਹੋ ਰਹੀ ਹੈ, ਕਿੰਨਾ ਕੁ ਪੰਡਾਲ ਦੇ ਵਿੱਚ ਐਸਟੀਮੇਟ ਹੋਏਗਾ ਕਿ ਇੰਨੀ ਵੱਡੀ ਰੈਲੀ ਜਿਹੜੀ ਕੀਤੀ ਜਾ ਰਹੀ ਆ ਇਹ ਕਿੰਨੇ ਪੰਡਾਲ ਦੇ ਵਿੱਚ ਕੀਤੀ ਜਾ ਰਹੀ ਆ? ਮੈਨੂੰ ਲੱਗਦਾ ਕਿ ਇਹ 1 ਲੱਖ ਬੰਦੇ ਦੇ ਆਸ ਪਾਸ ਦਾ ਜਿਹੜਾ ਪੂਰਾ ਪ੍ਰਬੰਧ ਹੈ ਇਹ ਕੀਤਾ ਜਾ ਰਿਹਾ ਤੇ ਬਹੁਤ ਵੱਡੀ ਜਗ੍ਹਾ ਹੈ, ਤੁਸੀਂ ਵੇਖੀਏ ਸਾਰੀ ਪੁਰਾਣੀ ਜਗ੍ਹਾ ਹੈ ਖਾਲੀ ਜਗ੍ਹਾ ਤੇ 1 ਲੱਖ ਬੰਦਾ ਇੱਥੇ ਜਿਹੜਾ ਵਾ ਉਹ ਮਤਲਬ ਇਕੱਠ ਹੋ ਸਕਦਾ। ਇਹ ਸਰ ਵੇਖਣ ਨੂੰ ਮਿਲਦਾ ਕਿ ਜਿਹੜਾ ਕਿ ਇੱਥੇ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਔਰ ਇਹਦੇ ਵਿੱਚ ਕਿ ਆਪਣੇ 4 ਵਿਧਾਨ ਸਭਾ ਦੇ ਹਲਕੇ ਜਿਹੜੇ ਮੰਤਰੀ ਨੇ MLA ਵੀ ਨੇ, ਪਰ ਬਾਹਰੋਂ ਕੀ ਲੱਗਦਾ ਕਿ ਪੂਰਾ ਪੰਜਾਬ ਇੱਥੇ ਆਏਗਾ? ਨਹੀਂ, ਇਹ ਸਾਡੀ ਲੋਕ ਸਭਾ ਖਡੂਰ ਸਾਹਿਬ ਆ ਜਿਹੜੀ ਉਹ ਇੱਥੇ ਆ ਰਹੀ ਹੈ ਤੇ ਉਹਦੇ ਪੂਰੇ ਜਿਹੜੇ ਸਾਡੇ ਸਾਥੀ ਨੇ ਸਾਡੇ ਜਿਹੜੇ ਹਲਕੇ ਪੈਂਦੇ ਨੇ ਉਹ ਸਾਰੇ ਇੱਥੇ ਆਉਣਗੇ। ਇਹ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਰੱਖੇ ਗਏ ਨੇ? ਪ੍ਰਬੰਧ ਵਧੀਆ ਨੇ, ਚੇਅਰਸ ਲੱਗਣਗੀਆਂ ਸਾਡੇ ਜਿਵੇਂ ਜਿਵੇਂ ਦਰਜਾ ਬਦਰਜਾ ਅਹੁਦੇਦਾਰ ਹੁੰਦੇ ਨੇ ਉਹਦੇ ਹਿਸਾਬ ਨਾਲ ਉਹਨਾਂ ਦਾ ਜਿਹੜਾ ਵਾ ਮਾਣ ਸਨਮਾਨ ਬਾਹਰ ਰੱਖਿਆ ਜਾਊਗਾ, ਸਟੇਜਾਂ ਲੱਗਣਗੀਆਂ ਤੇ ਬਾਕੀ ਟੈਂਟ ਤੇ ਤੁਹਾਡੇ ਸਾਹਮਣੇ ਇਹ ਸਾਰਾ ਲੱਗ ਰਿਹਾ ਤੇ ਇੱਧਰ ਪਿੱਛੇ ਪ੍ਰਸ਼ਾਦੇ ਪਾਣੀ ਦਾ ਪ੍ਰੋਗਰਾਮ ਹੋਊਗਾ, ਲੰਗਰ ਚੱਲੂਗਾ ਤੇ ਨਾਲ ਹੀ ਟ੍ਰੈਫਿਕ ਜਿਹੜੀ ਸਾਡੀ ਬੱਸਾਂ ਜਾਂ ਕੋਈ ਕਾਰਾਂ ਗੱਡੀਆਂ ਮੋਟਰਸਾਈਕਲ ਤੇ ਉਹਨਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ। ਇਹ ਸਰ ਵੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਹ ਰੈਲੀ ਕੱਢੀ ਜਾ ਰਹੀ ਹੈ ਤੇ ਪੰਜਾਬ ਨੂੰ ਬਚਾਓ
ਆ ਦੇਖੋ ਇਹ ਹੁਣ ਜੋ ਮਰਜ਼ੀ ਕਰੀ ਜਾਣ ਲੋਕ, ਉਹ ਪਹਿਲਾਂ ਵਾਲੇ ਨਹੀਂ ਰਹੇ, ਲੋਕ ਬਹੁਤ ਸਮਝ ਗਏ ਨੇ, ਹਰੇਕ ਦੇ ਹੱਥ 'ਚ ਮੋਬਾਈਲ ਹੈ, ਇਕੱਲੀ ਇਕੱਲੀ ਗੱਲ ਲੋਕ ਨੋਟ ਕਰ ਲੈ ਪਏ ਨੇ, ਬਹੁਤ ਹੁਣ ਲੋਕਾਂ ਨੇ ਜਿਹੜੀ ਥਿੰਕਿੰਗ ਆਪਣੀ ਉਹਨੂੰ ਬਹੁਤ ਉੱਚੀ ਚੁੱਕ ਲਿਆ, ਸੋਚ ਬਹੁਤ ਉਹ ਸਮਝ ਚੁੱਕੇ ਨੇ ਸਾਰਾ ਕੁਝ। ਕਾਰਨ ਕੀ ਹੈ ਕਿ ਦੇਖੋ ਜਦੋਂ ਤੋਂ ਪੰਜਾਬੀ ਸੂਬਾ ਬਣਿਆ ਉਸ ਤੋਂ ਬਾਅਦ 5 ਵਾਰ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਨੇ, ਤੇ ਹੁਣ ਜੇ ਉਦੋਂ ਨਹੀਂ ਪੰਜਾਬ ਬਚਾਇਆ ਗਿਆ ਉਦੋਂ ਬਰਬਾਦ ਕਰਕੇ ਗਏ ਨੇ, ਤੇ ਹੁਣ ਕਿਹੜੇ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਨੇ? ਸਭ ਲੋਕਾਂ ਨੂੰ ਪਤਾ ਹੈ ਕਿ ਇੰਨਾ ਲੰਮਾ ਸਮਾਂ ਉਹਨਾਂ ਨੂੰ ਮੌਕਾ ਦਿੱਤਾ, ਉਹ ਪੰਜਾਬ ਬਚਾਉਣ ਦੀ ਜਗ੍ਹਾ ਪੰਜਾਬ ਬਰਬਾਦ ਕਰਕੇ ਗਏ ਨੇ। ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਤਾਂ ਲੋਕਾਂ ਨੇ ਹੁਣ ਸਾਡੀ ਲਈ ਹੈ, 2 ਸਾਲ ਤੋਂ ਅਸੀਂ ਲੱਗੇ ਹਾਂ, ਠੀਕ ਹੈ 70 ਸਾਲ ਦਾ ਜਿਹੜਾ ਇਹਨਾਂ ਨੇ ਬਰਬਾਦੀ ਕੀਤੀ, ਇਹਦੇ ਘਰ ਦੀ ਵੀ ਕਿਤੇ 70 ਸਾਲ ਘਰ ਵੀ ਥੱਲੇ ਲੱਗਾ ਹੋਵੇ ਜਾਂ ਕਰਜ਼ੇ ਥੱਲੇ ਆਇਆ ਹੋਵੇ, ਤੇ 2 ਸਾਲਾਂ 'ਚ ਉਹ ਵੀ ਰੁਕ ਨਹੀਂ ਹੁੰਦਾ, ਪਰ ਅਸੀਂ ਇਹ ਨਹੀਂ ਆਉਂਦੇ ਕਿ ਸਾਨੂੰ ਹੋਰ 1 ਸਾਲ ਚਾਹੀਦੇ ਨੇ, ਸਾਨੂੰ ਅਜੇ ਸਾਡੇ ਕੋਲ 3 ਸਾਲ ਹੋਰ ਨੇ, ਅਸੀਂ ਉਹਦੇ ਵਿੱਚ ਲੋਕਾਂ ਦੇ ਦਿਲ ਜਿੱਤਣ ਦੇ ਵਿੱਚ ਜਿਹੜਾ ਕਾਮਯਾਬ ਰਹਾਂਗੇ। ਸਰ ਜਿਸ ਤਰ੍ਹਾਂ ਕਿ ਇੱਕ ਤੋਹਫਾ ਤਾਂ ਹੋ ਗਿਆ ਜਿਹੜਾ ਥਰਮਲ ਪਲਾਂਟ ਵਾ, ਤੇ ਕੀ ਕੋਈ ਦੂਜਾ ਕੋਈ ਤੋਹਫਾ ਇਹ ਤੁਹਾਨੂੰ ਪਤਾ ਉਸ ਬਾਰੇ ਕਿ ਜਾਂ ਮਾਨ ਸਾਹਿਬ ਖੁਦ ਹੀ ਇੱਥੇ ਆਣ ਕੇ ਕਿਉਂ ਕੋਈ ਹੋਰ ਤੋਹਫੇ ਦਾ ਐਲਾਨ ਕਰ ਸਕਦੇ ਆ? ਦੇਖੋ ਕਾਫੀ ਗ੍ਰਾਂਟਸ ਵੀ ਸਾਨੂੰ ਜਿਹੜੀਆਂ ਵਾ ਮਾਨ ਸਾਹਿਬ ਨੇ ਪਹਿਲਾਂ ਵੀ ਦਿੱਤੀਆਂ ਨੇ, ਤੇ ਹੋਰ ਵੀ ਕਾਫੀ ਚੀਜ਼ਾਂ ਨੇ, ਜਿਵੇਂ ਸਕੂਲਸ ਨੂੰ ਸਾਡੇ ਹਲਕਾ ਖਡੂਰ ਸਾਹਿਬ ਨੇ 28 ਕਰੋੜ 27 ਲੱਖ ਰੁਪਇਆ ਜਿਹੜਾ ਦੇ ਦਿੱਤਾ, 66-70 ਸਕੂਲਾਂ ਨੂੰ ਸੋਲਰ ਲਾ ਤੇ, ਪਹਿਲੀ ਵਾਰ ਇਹਨਾਂ ਚੀਜ਼ਾਂ ਵੱਲ ਜਿਹੜਾ ਧਿਆਨ ਕੁਝ ਸਰਕਾਰਾਂ ਨੇ ਕੀਤਾ, ਤੇ ਕੱਲ ਜਿਹੜੇ ਆ ਉਹ ਆਪਾਂ ਸਸਪੈਂਸ ਰੱਖਦੇ ਹਾਂ, ਕਾਫੀ ਹੋਰ ਐਲਾਨ ਆ ਜਿਹੜੇ ਉਹ ਮਾਨ ਸਾਹਿਬ ਕਰਕੇ ਜਾਣਗੇ। 1000 ਰੁਪਏ ਦੀ ਬੜੀ ਵੇਟ ਕੀਤੀ ਜਾ ਰਹੀ ਹੈ, ਦੇਵਾਂਗੇ ਜੀ। ਜਿਹੜਾ ਆਮ ਆਦਮੀ ਪਾਰਟੀ ਦੀ ਇਹੀ ਖੂਬਸੂਰਤੀ ਹੈ ਕਿ ਜਿਹੜਾ ਵਾਅਦਾ ਕਰਦੇ ਆ ਉਹਨੂੰ ਪੂਰਾ ਜ਼ਰੂਰ ਕਰਦੇ ਆ। ਬਿਜਲੀ ਦਾ ਕੀਤਾ ਸੀ, ਦੇਖੋ 1000 ਰੁਪਏ ਨਾਲ ਉਹ ਪਹਿਲਾਂ ਜ਼ਰੂਰੀ ਬਿਜਲੀ ਦਾ ਸੀ, ਕਿਉਂਕਿ ਹਰੇਕ ਘਰ ਨੂੰ ਜਿਹੜਾ ਵਾ ਕਿਸੇ ਨੂੰ 5000-6000 ਬਿੱਲ ਜਿਹੜਾ ਆਉਂਦਾ ਸੀ, ਤੇ ਉਹਦੇ ਨਾਲ ਤੇ ਜੇ ਕਿਸੇ ਕੋਲ ਤਰਦਾ ਨਹੀਂ ਵਿਆਜ ਪੈ ਜਾਂਦਾ ਸੀ, ਫਿਰ ਉਹ ਮੀਟਰ ਕੱਟ ਜਾਂਦੇ ਸੀ, ਸੋ ਉਹ ਚੀਜ਼ ਅਸੀਂ ਆਉਂਦਿਆਂ ਕੀਤੀ ਹੈ, ਤੇ ਜਿਹੜਾ ਕੋਈ ਹੋਰ ਪੈਨਸ਼ਨ ਵਧਾਉਣ ਦਾ ਵਾਅਦਾ ਵੀ ਕੀਤਾ ਸੀ, ਉਹ ਵੀ ਸਾਰੀਆਂ ਚੀਜ਼ਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਕਰੇਗੀ। ਸੋਹੇ ਸਨ ਮਨਜਿੰਦਰ ਸਿੰਘ ਜੀ ਲਾਲਪੁਰਾ ਜਿਹੜੇ ਕਿ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ, ਤੇ ਤਰਨ ਤਾਰਨ ਦੇ ਵਿਧਾਇਕ ਵੀ ਇੱਥੇ ਨੇ, ਤਾਂ ਅਗਰ ਗੱਲ ਕੀਤੀ ਜਾਵੇ ਪੱਟੀ ਦੇ ਵਿਧਾਇਕ ਵੀ ਇੱਥੇ ਨੇ, ਮੰਤਰੀ ਸਾਹਿਬ ਇੱਥੇ ਨੇ, ਸਾਰੇ ਹੀ ਪੂਰੀ ਤਰ੍ਹਾਂ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਰੈਲੀ ਦਾ। ਇਹ ਦੇਖ ਸਕਦੇ ਜੋ ਕਿ ਇਹ ਪੰਡਾਲ ਜਿਹੜੇ ਨੇ ਇਹ ਤਰਨ ਤਾਰਨ ਪਿੰਡ ਸੇਰੋਂ ਦੇ ਵਿੱਚ ਇਹ ਪੰਡਾਲ ਜਿਹੜਾ ਵਾ ਪੂਰਾ ਦਾ ਪੂਰਾ ਜਿਹੜਾ ਵਾ ਬਣਾਇਆ ਜਾ ਰਿਹਾ, ਜਿੱਥੇ ਕਿ 1 ਲੱਖ ਦੀ ਗੈਲਰੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ, ਔਰ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਨੇ। ਜਿਹੜਾ ਕਿ ਥਰਮਲ ਪਲਾਂਟ ਸੀ 1 ਤਰੀਕ ਨੂੰ ਜਿਹੜਾ ਕਿ ਮੁੱਖ ਮੰਤਰੀ ਵੱਲੋਂ ਖਰੀਦ ਲਿੱਤਾ ਗਿਆ, ਤਾਂ ਉਹਦਾ ਨਾਮ ਵੀ ਜਿਹੜਾ ਵਾ ਹੁਣ ਬਦਲ ਦਿੱਤਾ ਜਾਵੇਗਾ, ਔਰ ਵੀ ਤੋਹਫੇ ਜਿਹੜੇ ਕਹਿੰਦੇ ਕਿ ਜਦੋਂ ਕਿ ਆਉਣਗੇ ਉਹਨਾਂ ਵਿੱਚੋਂ ਕੀ ਤੋਹਫੇ ਹੋਰ ਵੀ ਨਿਕਲਦੇ ਨੇ, ਇਹ ਅਜੇ ਜਿਹੜਾ ਵਾ ਕਿ ਉਹ ਲੋਕਾਂ ਦੇ ਸਨਮੁੱਖ ਹੋ ਕੇ ਹੀ ਦੱਸਿਆ ਜਾਵੇਗਾ, ਪਰ ਰੈਲੀ ਦਾ ਬੜਾ ਵੱਡਾ ਉਤਸ਼ਾਹ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਹੈ। ਵਿਜੇ ਕੁਮਾਰ, ਵਰਲਡ ਪੰਜਾਬੀ ਟੀਵੀ, ਤਰਨ ਤਾਰਨ।